ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਲ ਤਾਂ ਸ਼ਾਇਦ ਮੈਂ ਸਮਾਣੇ ਕਰਦਾ ਪਰ ਬਰਸਾਤ ਕਾਰਨ ਦੀਵਾਨ ਵਿੱਚ ਰੋਕਣਾ ਪਿਆ ਤੇ ਮੈਂ ਬੇਨਤੀ ਕਰਨੀ ਸੀ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਸਾਰੇ ਚੈਨਲਾਂ ਉੱਤੇ ਸਾਰੇ ਪਾਸੇ ਖਬਰ ਗਈ ਹੈ ਕਿ ਅਕਾਲ ਤਖ਼ਤ ਸਾਹਿਬ ਤੇ ਕੁਝ ਬੰਦੇ ਜਾਂ ਪ੍ਰਚਾਰਕ ਜਥੇਬੰਦੀਆਂ ਇਹ ਗਈਆਂ ਇਹਨਾਂ ਨੇ ਜਾ ਕੇ ਕਿਹਾ ਜੀ ਉਹ ਗਲਤ ਪ੍ਰਚਾਰ ਭਾਈ ਰਣਜੀਤ ਸਿੰਘ ਕਰ ਰਿਹਾ ਤੇ ਇੱਥੇ ਤੱਕ ਵੀ ਜਿਹੜੇ ਬੰਦੇ ਮਾੜਾ ਜਿਹਾ ਸੁਹਿਰਦ ਹੈ ਤਾਂ ਸੋਚਿਓ ਵੀ ਇਹ ਬੰਦੇ ਕਰਦੇ ਕਿਸ ਤਰ੍ਹਾਂ। ਤੇ ਜਿਹੜਾ ਕੁਲਵੰਤ ਸਿੰਘ ਹੈ ਉਹਨੇ ਇਹ ਗੱਲ ਸਟੇਟਮੈਂਟ ਦਿੱਤੀ ਹੈ ਕਿ ਰਣਜੀਤ ਸਿੰਘ ਨੇ ਗੁਰੂ ਗੋਬਿੰਦ ਸਿੰਘ ਦੇ ਕਰੈਕਟਰ ਤੇ ਦੋਸ਼ ਲਾਇਆ, ਕਰੈਕਟਰ ਤੇ ਦੋਸ਼ ਲਾਇਆ, ਗੁਰੂ ਗੋਬਿੰਦ ਸਿੰਘ ਦੇ ਬਾਰੇ ਮੈਂ ਬੋਲ ਰਿਹਾ। ਸੋ ਇੱਥੋਂ ਵੇਖੋ ਵੀ ਕਿੱਦਾਂ ਬਣਾਉਂਦੇ ਆ। ਤੇ ਮੈਂ ਕਹਿਣਾ ਇਹਨਾਂ ਨੂੰ ਸਾਰਿਆਂ ਸੰਪਰਦਾਇਆਂ ਨੂੰ ਚਾਹੁੰਦਾ ਕਿ ਸ਼ਰਮ ਕਰੋ, ਮਾੜਾ ਮੋਟਾ ਪ੍ਰਚਾਰ ਕਰ ਦਿਓ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬਹਿੰਦੇ ਆ, ਦੋਸ਼ ਲਾਣਾ ਕੱਢਣਾ ਹੈ ਤਾਂ ਕੱਢ ਦਿਓ, ਬੰਦ ਕਰਨਾ ਬੰਦ ਕਰ ਦਿਓ, ਤੁਹਾਡੇ ਜਥੇਦਾਰ ਤੁਹਾਡੇ ਤਖ਼ਤ। ਪਰ ਇਹੋ ਜਿਹੀਆਂ ਗੱਲਾਂ ਤਾਂ ਘੱਟ ਤੋਂ ਘੱਟ ਸ਼ਰਮ ਕਰੋ। ਲੋਕਾਂ ਨੇ, ਦੁਨੀਆ ਜਾਣਦੀ ਹੈ ਕਿ ਮੈਂ ਸਟੇਟਮੈਂਟ ਕੀ ਦਿੱਤੀ ਹੈ ਤੇ ਤੁਸੀਂ ਬਣਾ ਕੀ ਰਹੇ ਹੋ। ਇਹ ਤਾਂ ਗੱਲ ਹੋਈ ਇੰਨੀ। ਦੂਜੀ ਗੱਲ, ਬੜੇ ਵੀਰਾਂ ਦੇ ਫੋਨ ਆ ਰਹੇ ਨੇ, ਭਾਈ ਸਾਹਿਬ ਕਿੱਦਾਂ ਕਰਨਾ ਜੀ, ਕਿਵੇਂ ਹੈ ਜੀ, ਕੀ ਹੋਏਗਾ, ਹੋਣਾ ਕੀ ਹੈ ਜੀ। ਅੱਜ ਇੱਕ ਵੈਰੋਵਾਲ ਵੀਰ ਨੇ ਕਵਿਤਾ ਲਿਖੀ ਹੈ, ਭਾਵੇਂ ਗੱਦੀ ਤੇ ਭਾਵੇਂ ਕੋਈ ਥਾਂ ਹੋਵੇ, ਕੋਈ ਕਬਜ਼ੇ ਲਈ ਮਰਿਆ ਜ਼ਰੂਰ ਦੱਸੀ, ਭਾਵੇਂ ਬਾਬਰ ਤੇ ਭਾਵੇਂ ਔਰੰਗ ਹੋਵੇ, ਤਰਲਾ ਕਿਸੇ ਦਾ ਕਰਿਆ ਜ਼ਰੂਰ ਦੱਸੀ, ਪੁੱਤ ਅੱਖਾਂ ਦੇ ਸਾਹਮਣੇ ਗਏ ਵਿੰਨੇ, ਉਹਨਾਂ ਹੌਕਾ ਵੀ ਭਰਿਆ ਜ਼ਰੂਰ ਦੱਸੀ, ਤੱਤੀ ਤਵੀ ਤੋਂ ਠੰਡੇ ਬੁਰਜ ਤੀਕਰ, ਕੋਈ ਹਾਕਮ ਤੋਂ ਡਰਿਆ ਜ਼ਰੂਰ ਦੱਸੀ। ਤੇ ਬੜੀ ਸੋਹਣੀ ਭੁੱਖ ਦੀ ਕਵਿਤਾ ਹੈ। ਅੱਜ ਦੇ ਸਮੇਂ ਵਿੱਚ ਡਰਨ ਵਾਲੀ ਗੱਲ ਜਾਂ ਇਹਨਾਂ ਤੋਂ ਕੋਈ ਘਬਰਾਹਟ ਹੋਏਗੀ ਐਸੀ ਕੋਈ ਗੱਲ ਨਹੀਂ। ਇੱਕ ਗੱਲ ਸਪਸ਼ਟ ਹੈ ਵੀਰੋ, ਕਿ ਜੇ ਅੱਜ ਚਾਹੀਏ ਇਹਨਾਂ ਦੇ ਅੱਗੇ ਤਰਲੇ ਲਈਏ, ਇਹਨਾਂ ਦੇ ਹੱਥ ਜੋੜੀਏ, ਦੱਸੋ ਜੀ ਕਿਵੇਂ ਕਰਨਾ, ਦੱਸੋ ਜੀ ਕਿਵੇਂ ਕਰਨਾ, ਸਟੇਜਾਂ ਬਚ ਜਾਣਗੀਆਂ, ਬੱਲੇ ਬੱਲੇ ਬਥੇਰੀ ਹੈ, ਸ਼ੌਹਰਤ ਬਚੇਗੀ। ਪਰ ਮੈਂ ਅੱਜ ਤੁਹਾਨੂੰ ਸਾਰੇ ਵੀਰਾਂ ਨੂੰ ਦੱਸ ਦੇਣਾ ਚਾਹੁੰਦਾ, ਮੈਨੂੰ ਪਿਆਰ ਕਰਨ ਵਾਲੇ ਮੈਨੂੰ ਜਾਣਦੇ ਹੈ, ਜਿਨ੍ਹਾਂ ਨੂੰ ਡਾਊਟ ਹੈ ਜਾਂ ਮਾੜੀ ਮੋਟੀ ਵੀ ਚੱਕਰੀ ਘੁੰਮਦੀ ਹੈ, ਉਹਨਾਂ ਨੂੰ ਕਲੀਅਰ ਕਰ ਲੈਣਾ ਚਾਹੀਦਾ ਕਿ ਅਸੀਂ ਆਪਣੀ ਸ਼ੌਹਰਤ, ਆਪਣੀ ਬੱਲੇ ਬੱਲੇ, ਆਪਣੀਆਂ ਸਟੇਜਾਂ ਕਦੇ ਨਹੀਂ ਬਚਾਵਾਂਗੇ। ਅਸੀਂ ਗੁਰੂ ਨਾਨਕ ਦੇ ਘਰ ਦੀ ਵਿਚਾਰਧਾਰਾ ਵਾਸਤੇ ਸਾਰਾ ਕੁਝ ਕੁਰਬਾਨ ਕਰ ਦਿਆਂਗਾ। ਮੈਂ ਕੋਈ ਵੀ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕਰਨਾ, ਜੋ ਮੈਂ ਕਿਹਾ ਉਹ ਠੀਕ ਕਿਹਾ, ਜਿਸ ਤਰੀਕੇ ਸਿਰ ਵੀ ਕਿਹਾ। ਬਾਕੀ ਇੱਕ ਛੋਟੀ ਜਿਹੀ ਬੇਨਤੀ, ਤੁਹਾਨੂੰ ਡਾਊਨਲੋਡ ਕਰ ਲਓ, ਔਲਖ ਵਰਗਿਆਂ ਦਾ ਕੀਤਾ ਹੋਇਆ ਟੀਕਾ ਪੜ੍ਹੋ, ਸੂਰਜ ਪ੍ਰਕਾਸ਼ ਘਰ ਲੈ ਆਓ, ਇੱਕ ਵਾਰੀ ਸਾਰਾ ਪੜ੍ਹ ਕੇ ਵੇਖੋ, ਤੁਹਾਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੜ੍ਹ ਕੇ ਵੇਖ ਲਓ, ਪਤਾ ਲੱਗ ਜਾਣਾ ਵੀ ਮੈਂ ਜੇ ਉਸ ਗ੍ਰੰਥ ਬਾਰੇ ਬੋਲਿਆ ਤਾਂ ਕਿਉਂ ਬੋਲਿਆ, ਉਹਦੇ ਵਿੱਚ ਕੀ ਕੁਛ ਲਿਖਿਆ। ਘਰੇ ਘਰੇ ਆਪੋ ਆਪਣੇ ਘਰ ਲਿਆ ਕੇ ਪੜ੍ਹੋ, ਆਪਣੇ ਆਪ ਤੁਹਾਡੇ ਲਈ ਕਲੀਅਰ ਹੋ ਜਾਏਗਾ। ਬਾਕੀ ਭੁੱਲ ਜਾਓ ਕਿ ਅਸੀਂ ਇਦਾਂ ਦੀਆਂ ਗੱਲਾਂ ਕਰਾਂਗੇ ਜਾਂ ਅਸੀਂ ਕੋਈ ਤਰਲੇ ਲਵਾਂਗੇ, ਇਹਨਾਂ ਦੇ ਸਟੇਜਾਂ ਨਹੀਂ ਬਚਾਵਾਂਗੇ, ਸ਼ੌਹਰਤ ਨਹੀਂ ਬਚਾਵਾਂਗੇ, ਬੱਲੇ ਬੱਲੇ ਦੀ ਲੋੜ ਨਹੀਂ। ਜੋ ਉਸ ਵਿਚਾਰਧਾਰਾ ਹੈ ਉਹਦੇ ਤੇ ਡਟੇ ਹਾਂ ਤੇ ਡਟੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਕੀ ਸ਼ਨੀਵਾਰ ਦੇ ਦੀਵਾਨ ਚ ਆਪਾਂ ਬਾਕੀ ਗੱਲ ਆਪਾਂ ਕਰਾਂਗੇ। ਸੋ ਫਤਿਹ ਪ੍ਰਵਾਨ ਕਰ ਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।